ਮੈਂ ਕਹਿ ਰਿਹਾ ਸੀ ਵੈਸੇ ਲੇਡੀਜ਼ ਆ ਜਿਹੜੀਆਂ ਇਹ ਚੀਜ਼ ਨੂੰ ਲਾਇਕ ਨਹੀਂ ਕਰਦੀਆਂ, ਹੈ ਨਾ, ਜੋ ਚਲੋ ਕਈ ਚੰਡੀਗੜ੍ਹ ਰਹਿੰਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਉਹ ਤਾਂ ਕਰਦੀਆਂ, ਹੈ ਨਾ, ਅਤੇ ਆਪਣੇ ਜਿਹੜੇ ਪਿੰਡ ਵਾਲੀਆਂ ਅਤੇ ਨਹੀਂ, ਪਿੰਡ ਨੂੰ ਆਪ ਹੀ ਸ਼ੌਂਕ ਹੁੰਦਾ ਡਾਈਟਿੰਗ ਰੱਖਣ ਦਾ। ਨਹੀਂ ਨਹੀਂ ਉਹ ਗੱਲ ਨਹੀਂ ਮੈਂ ਕਰ ਰਿਹਾ ਹੈਗਾ, ਉਹ ਗੱਲ ਨਹੀਂ ਕਰ ਰਿਹਾ ਹੈਗਾ, ਨਾ ਤਾਂ ਇਹਦੇ ਵਿੱਚ ਪਿੰਡਾਂ ਵਾਲਾਂ ਦਾ ਰੋਲ ਆ ਕੋਈ, ਨਾ ਕੋਈ ਸ਼ਹਿਰਾਂ ਦਾ ਰੋਲ ਆ, ਹੈ ਨਾ। ਉਹ ਬੀਅਰ ਆ, ਬੀਅਰ ਇੱਕ ਮੇਰਾ ਯਾਰ ਦੋਸਤ ਸੀਗਾ, ਉਹਦਾ ਵੇਟ ਬਹੁਤ ਸੀਗਾ, ਉਹ ਆਇਆ ਸੀ ਦੁਬਈ ਤੋਂ ਅਤੇ ਉਹਨੇ ਵੇਟ ਘਟਾਇਆ ਆਪਦਾ, ਘਟਾਇਆ ਕਾਹਦੇ ਨਾਲ ਆ, ਅਤੇ ਬੀਅਰ ਦੇ ਵਿੱਚ ਉਹ ਕਹਿੰਦਾ ਮੈਂ ਨਿੰਬੂ ਨੂੰ ਜੋੜ ਕੇ ਪੀਣ ਲੱਗ ਗਿਆ, ਉਹਦੇ ਨਾਲ ਕਹਿੰਦਾ ਮੇਰਾ ਵੇਟ ਲੂਜ਼ ਹੋਇਆ ਗਾ। ਬਾਕੀ ਚੀਜ਼ਾਂ ਵੀ ਇਹਨੂੰ ਛੱਡੀਆਂ ਹੀ ਹੋਣੀਆਂ। ਹਾਂ ਛੱਡੀਆਂ ਤਾਂ ਪੈਂਦੀਆਂ ਹੌਲੀ ਹੌਲੀ, ਬਿਨਾ ਉਹਦੇ ਇੱਕ ਚੀਜ਼ ਪੀ ਜਾਓ ਤੇ ਬਾਕੀ ਸਭ ਖਾਈ ਜਾਓ, ਉਹਦੇ ਨਾਲ ਡਾਈਟਿੰਗ ਨਹੀਂ ਹੁੰਦੀ। ਮੈਂ ਇੱਕ ਵਾਰੀ ਕੀਤੀ ਸੀ ਡਾਈਟਿੰਗ, ਮੈਨੂੰ ਕਾਫੀ ਟਾਈਮ ਹੋ ਗਿਆ, 2017 ਦੀ ਗੱਲ ਹੈ, ਗਰਮੀਆਂ 'ਚ ਕੀਤੀ ਸੀ। ਐ ਸੀ ਕਿ ਸ਼ਾਮ ਦੇ ਟਾਈਮ ਨਾ ਆਪਣਾ ਛੱਤ 'ਤੇ ਚਲੇ ਜਾਣਾ ਅਤੇ ਘੰਟਾ ਐਕਸਰਸਾਈਜ਼ ਕਰਨਾ, ਮਤਲਬ ਦੌੜਨਾ ਉੱਥੇ, ਅਤੇ ਪੁੱਠੇ ਸਿੱਧੇ ਸਟੈਪ ਮਾਰ ਲੈਣੇ ਜਿਹੜੇ ਜਿਹੜੇ ਆਉਂਦੇ ਸੀ, ਹੈ ਨਾ, ਅਤੇ ਆਪਣਾ ਲਟਕਣਾ, ਥੋੜ੍ਹਾ ਜਿਹਾ ਕੁਝ ਇਹੋ ਜਿਹਾ ਸਿਸਟਮ ਮੈਂ ਬਣਾਇਆ ਸੀ ਛੱਤ 'ਤੇ ਕਿ ਉੱਥੇ ਕਰ, ਅਤੇ ਫਿਰ ਮੇਰਾ ਵੇਟ ਲੂਜ਼ ਹੋ ਗਿਆ ਸੀ। ਮਤਲਬ 3 ਮਹੀਨੇ ਮੈਂ ਕਰਦੀ ਰਹੀ ਸੀ, ਹੈ ਪਹਿਲੇ ਮਹੀਨਾ ਕੁ ਕੀਤਾ, ਪਤਾ ਨਹੀਂ ਲੱਗਾ, ਉਦੋਂ ਹਿਸਾਬ ਕਿਤਾਬ ਪਤਾ ਜਿਹਾ ਨਹੀਂ ਸੀ। ਫਿਰ ਮੈਂ ਲਗਾਤਾਰ ਕਰਦੀ ਰਹੀ, ਆਦਤ ਜੀ ਪਈ ਰਹੀ ਕਿ ਆਪਣਾ ਸ਼ਾਮ ਛੱਤ 'ਤੇ ਜਾਣਾ ਸ਼ਾਮ ਦੇ ਟਾਈਮ 'ਤੇ, ਵੈਸੇ ਕਰੀ ਜਾਣੀ। ਫਿਰ ਕਿਤੇ ਜਾ ਕੇ ਮੇਰਾ ਬਾਅਦ 'ਚ ਪਤਾ ਲੱਗਾ ਸੀ ਕਿ ਹਾਂ ਵੀ ਵੇਟ ਲੂਜ਼ ਹੋ ਗਿਆ ਮੇਰਾ, ਹੁਣ ਤਾਂ ਬਹੁਤ ਜ਼ਿਆਦਾ ਹੀ ਹੋ ਗਿਆ, ਹੁਣ ਤਾਂ ਡਬਲ ਹੋ ਗਿਆ। ਮੈਨੂੰ ਇੱਕ ਵਾਰੀ ਵੇਟ ਕਰਾਊਂਗੀ ਮੈਂ, ਮੇਰਾ 65 ਕਿਲੋ ਆ ਅਤੇ ਮੇਰਾ ਜ਼ਿਆਦਾ ਹੋ ਗਿਆ, 45 ਹੋ ਗਿਆ। ਅਤੇ ਬਾਕੀ ਮੈਂ ਭੈਣ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਵੀ ਜੇ ਤੁਸੀਂ ਛੱਡਣਾ ਚਾਹੁੰਦੇ ਆ ਵੀ ਡਾਈਟਿੰਗ ਰਮਣ ਵਾਲੀ, ਤੁਸੀਂ ਐਂ ਕਰੋ, ਜਿਵੇਂ ਮੰਨ ਕੇ ਚੱਲੋ ਤੁਸੀਂ ਛੋਲੇ ਭਟੂਰਿਆਂ ਦਾ ਸ਼ੌਂਕ ਆ ਤੁਹਾਨੂੰ ਜਾਂ ਕਿਸੇ ਵੀ ਚੀਜ਼ ਦਾ ਸ਼ੌਂਕ ਆ, ਉਹ ਇੱਕ ਦਿਨ ਦੱਬ ਕੇ ਖਾਓ, ਠੀਕ ਹੈ, ਦੱਬ ਕੇ ਖਾਓ, ਜਦੋਂ ਆਟੋਮੈਟਿਕ ਤੁਹਾਡਾ ਨੱਕ ਮੁੜ ਜਾਣਾ ਅਤੇ ਮੁੜ ਕੇ ਤੁਹਾਡਾ ਖਾਣ ਨੂੰ ਦਿਲ ਹੀ ਨਹੀਂ ਕਰਨਾ ਗਾ, ਹੈ ਨਾ। ਜਿਹੜੀ ਵੀ ਚੀਜ਼ ਨੂੰ ਮਨ ਕਰਦਾ ਦੱਬ ਕੇ ਖਾਓ ਅਤੇ ਉਹ ਜਾਣੀ ਕਿ ਮਨ ਅੱਕ ਜਾਂਦਾ ਗਾ, ਰੋਜ਼ ਰੋਜ਼ ਉਹੀ ਚੀਜ਼ ਖਾਣ ਨਾਲ ਮਨ ਇੱਕ ਨਾ ਇੱਕ ਦਿਨ ਤਾਂ ਅੱਕ ਜਾਂਦਾ ਅਤੇ ਮੁੜ ਕੇ ਬੰਦਾ ਝਾਕਦਾ ਨਹੀਂ ਉਹ ਚੀਜ਼ ਵੱਲੀ, ਠੀਕ ਹੈ। ਮੈਂ ਤਾਂ ਵੈਸੇ ਸ਼ੁਰੂ ਤੋਂ ਨਹੀਂ ਖਾਂਦਾ ਗਾ, ਅਤੇ ਪਰ ਫਿਰ ਵੀ ਜਾਣੀ ਕਿ ਵੀ ਇੱਦਾਂ ਕਰਕੇ ਦੇਖ ਲਿਓ, ਕਦੀ ਕਦਾਈ ਤਾਂ ਮਹੀਨੇ 'ਚ 20 ਦਿਨਾਂ ਬਾਅਦ ਤਾਂ ਮੈਂ ਖਾ ਲੈਂਦਾ, ਪਰ ਨਹੀਂ ਅਦਰਵਾਈਜ਼ ਮੈਂ ਖਾਂਦਾ ਨਹੀਂ ਗਾ। ਮੇਰੀ ਇੰਗਲਿਸ਼ ਵੇਖਿਆ, ਮਾੜੀ ਮੋਟੀ ਗੱਲ ਥੋੜ੍ਹੀ ਆ, ਹਾਂ ਨੂਰਾ ਖੇਡੀ ਜਾਂਦਾ, ਨੂਰੀਆ ਨਾ ਗਿਆ ਫਿਰ ਆਪਾਂ ਪਤਾ ਚਲੋ ਨਾ ਹੀ ਕਰਕੇ ਹੈਂ ਪਾਪਾ ਚਲੋ ਨਾਈਏ ਫਿਰ ਸ਼ਾਮ ਨੂੰ ਆਪਾਂ ਚੱਲਾਂਗੇ ਕਿਤੇ ਗੇੜੇ ਗੂੜ ਕੱਢਣ, ਤੇ ਚਲੋ ਪਾਪਾ ਨਾਉਣਾ। ਲਓ ਜੀ ਜੱਪ ਨੂਰ ਤੇ ਮੈਂ ਨਹਾਉਣ ਲੱਗੇ ਹਾਂ, ਆਉਣ ਦੀ ਤਿਆਰੀ ਕਰਦੇ ਹਾਂ, ਅਤੇ ਸ਼ਾਮ ਨੂੰ ਵੈਸੇ ਦਿਨੇ ਤਾਂ ਨਹੀਂ ਜਾਇਆ ਜਾਂਦਾ, ਗਰਮੀ ਬਹੁਤ ਹੁੰਦੀ ਆ, ਅਤੇ ਉਦੋਂ ਬਾਅਦ ਵੇਖਾਂਗੇ ਸ਼ਾਮ ਨੂੰ। ਆ ਜਾ ਜਪਨੋ, ਨਿੰਨੀ ਕਰੀ ਤੁਰੀਆਂ ਤੁਰੀਆਂ ਗੱਲ ਜੀ, ਹੈਂ ਤੁਲੀਆਂ 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 ਆਦੋ 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 ਬਈ ਮੇਰਾ ਪੁੱਤ, ਭੱਜ ਕੇ ਆਦੋ ਆਦੋ ਮੇਰਾ ਛੇਰ। ਉਹ ਲਾਈਟ ਕਦੋਂ ਆਊਗੀ? ਆ ਜਾ ਅੱਗੇ ਹੈਂਡ ਫੜ ਲਓ, ਮੰਮਾ ਦਾ ਫੜ ਲਓ, ਮੰਮਾ ਦਾ ਫੜ ਲਓ, ਹਾਂ ਉਹ ਦੇਖ ਰਹੀ ਪਿੱਛੇ ਦਾ, ਛੱਡਦੀ ਨਹੀਂ ਉਹਨੇ ਮਗਰ ਹੁਣ। ਚਲੋ ਪਾਪਾ ਕੋਲ ਆ ਗਏ, ਹਜੇ ਆਰਤੀ ਆ ਰਹੀ ਸੀ।
ਆਰਤੀ ਆਂਦੀ ਪਈ ਸੀ ਓਏ ਉਹ ਵੇਖੀ ਸਬਜੀ ਮੱਚ ਨਾ ਜਾਵੇ ਥੱਲੇ ਨਾ ਤੁਸੀਂ ਫੁੱਲ ਕਰਕੇ ਕਿਉਂ ਆਂ ਦੀ ਮੱਚੀ ਵੀ ਜਿਹੜੀ ਉਹ ਉਹਦੇ ਤੇ ਲਾ ਮੱਚੀ ਮੱਚੀ ਨਹੀਂ ਖਾਣੀ ਮੈਂ ਬ੍ਰੈਡਾਂ ਦੇ ਲਾ ਲਈ ਮੱਚੀ ਜੀ ਜਿਹੜੀ ਬ੍ਰੈਡ ਦੇ ਦੋ ਪੀਸ ਆ ਰਹੇ ਪਏ ਹੁਣ ਥੋੜਾ ਖਾਈ ਜਾਣਾ ਮੈਂ ਸਾਜੀ ਪਈ ਤੁਹਾਡੇ ਵਰਗੀ ਉਹ ਬ੍ਰੈਡਾਂ ਦੇ ਪਾਈ ਤੁਹਾਡੇ ਵਰਗੀ ਮੱਚੀ ਤੁਸੀਂ ਮਚੇ ਰਹਿੰਦੇ ਵੀਡੀਓ ਸਾਹਮਣੇ ਹੱਸਦੇ ਰਹਿੰਦੇ ਮੈਂ ਤਾਂ ਆਇਆ ਹੀ ਹੈ ਯਾ ਹਾਂ ਆਈ ਨੋ ਲਾਈਟ ਜ਼ਰੂਰ ਚਲੀ ਜਾਂਦੀ ਤੇ ਸਾਰੀ ਰਾਤ ਆਉਂਦੀ ਨਹੀਂ ਹੈ ਤੇ ਅੱਜ ਸਵੇਰੇ ਹੁਣ ਆਈ ਉਹ ਵੀ ਲਾਈਟ ਡਿਮ ਹੈਗੀ ਹੈ ਤੇ ਜਪਨੂਰ ਹੁਣੇ ਸੌ ਕੇ ਉੱਠਿਆ ਵੀ ਸਵੇਰ ਦੀ 6 ਵਜੇ ਦੀ ਉੱਠੀ ਹੋਈ ਸੀ ਜਪਨੂਰ ਨਹੀਂ ਹੈ ਗੱਲ ਨਹੀਂ ਹੋਣੀ ਸੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦਿਓ ਫਿਰ ਹੈਂ ਓਏ ਲਾਈਟ ਘੱਟ ਆ ਹਜੇ ਵੀ ਅਤੇ ਉੱਧਰ ਤੁਹਾਡੇ ਭਾਅ ਜੀ ਧੋਈ ਜਾਂਦੇ ਨੇ ਕੱਪੜੇ ਕਿਉਂਕਿ ਕੱਲ੍ਹ ਦੇ ਇੰਨੇ ਕੱਪੜੇ ਹੋਏ ਤੋਲ ਗਿਆ ਕੀ ਕਰਨਾ ਓਕੇ ਨਹੀਂ ਨਹੀਂ ਕਰਨਾ ਕੱਪੜੇ ਧੋਪ ਗਏ ਧੋ ਰਹਾ ਹੂੰ ਧੋ ਨਹੀਂ ਰਹੇ ਧੋਣੇ ਹੁੰਦੇ ਨਾ ਹੱਥ ਨਾਲ ਧੋਣੇ ਹੁੰਦੇ ਪਤਾ ਫਿਰ ਲੱਗਦਾ ਉਹ ਪਹਿਲਾਂ ਹੀ ਟਾਈਮ ਸੀ ਜਿਹੜਾ ਹੱਥ ਨਾਲ ਧੋਤੇ ਜਾਂਦੇ ਸੀ ਹੁਣ ਨਹੀਂ ਧੋਪੇ ਜਾਂਦੇ ਕੱਪੜੇ ਹੁਣ ਤਾਂ ਮਸ਼ੀਨਾਂ ਹੀ ਸਾਰਾ ਕੁਛ ਕਰ ਦਿੰਦੀਆਂ ਹੁਣ ਤਾਂ ਇੱਥੋਂ ਤੱਕ ਆ ਗਈਆਂ ਮਸ਼ੀਨਾਂ ਕਿ ਭਾਂਡੇ ਵੀ ਧੋ ਲਓ ਪਰ ਇੱਕ ਚੀਜ਼ ਹੈ ਲੱਗਣਾ ਤਾਂ ਪੈਂਦਾ ਹੀ ਹੈ ਨਾਲ ਪਤਾ ਕਿਆ ਦੇਖ ਲਓ ਮਸ਼ੀਨ ਧੋਏਗੀ ਸਿਰਫ ਇਹਨਾਂ ਦਾ ਕੰਮ ਮਸ਼ੀਨਾਂ ਦਾ ਕੰਮ ਸਿਰਫ ਧੋਣਾ ਤੇ ਕੱਢਣੇ ਤੇ ਆਪ ਹੀ ਇਹ ਸੁੱਕਣੇ ਵੀ ਪਾਉਣੇ ਆ ਚਾਹੇ ਉਹ ਭਾਂਡੇ ਦੀ ਮਸ਼ੀਨ ਹੋਵੇ ਤੇ ਚਾਹੇ ਜਿਹੜੀ ਮਰਜ਼ੀ ਹੋਵੇ ਧੋਣੀਆਂ ਤੇ ਹੈ ਹੀ ਇਹ ਕੱਢਣੇ ਵੀ ਪੈਣੇ ਆ ਟਿਕਾਣੇ ਵੀ ਪੈਣੇ ਆ ਬਾਲਟੀ ਉੱਤੇ ਬੈਠੇ ਜਪਨੂਰ ਅੰਦਰ ਇਕੱਲੀ ਖੇਡੀ ਜਾਂਦੀ ਆ ਬੈੱਡ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ ਤੇ ਹੁਣੇ ਸੌ ਕੇ ਉੱਠੀ ਸਵੇਰੇ 6 ਵਜੇ ਉੱਠ ਗਈ ਜਦੋਂ ਇਨਵਰਟਰ ਖਤਮ ਹੋ ਗਿਆ ਤੇ ਇਨਵਰਟਰ ਖਤਮ ਜਦੋਂ ਹੋ ਗਿਆ ਨਾ ਤੇ ਗਰਮੀ ਲੱਗਣ ਲੱਗ ਗਈ ਇਹਨੇ ਵੇਖਿਆ ਉੱਠਦੇ ਸਾਰ ਕਿ ਪੱਖਾ ਕਿਉਂ ਬੰਦ ਹੈਗਾ ਤਾਂ ਹੀ ਗਰਮੀ ਲੱਗਦੀ ਹੈ ਫਿਰ ਉੱਠ ਕੇ ਬਹਿ ਗਈ ਤੇ ਸਿੱਧਾ ਬਾਹਰ ਜਾਣ ਦੀ ਕੀਤੀ ਇਹਨੇ ਕਿ ਬਾਹਰ ਜਾਣਾ ਮੈਂ ਕੀ ਜਾਂਦੇ ਹੋ ਓਏ ਹੋਏ ਕਾਕਾ ਮੇਰਾ ਸੋਹਣਾ ਪੁੱਤ ਝਾਵਾਂ ਹੀ ਕਰੀ ਜਾਂਦਾ ਆਵਾਂ ਆਵਾਂ ਮੈਂ ਤੁਹਾਡੇ ਭਾਅ ਜੀ ਦੇ ਨਾ ਸਾਰੇ ਕੱਪੜੇ ਧੋਣ ਵਾਲੇ ਮੱਸਿਆ ਕਰਨ ਲੇਟ ਤੇ ਵਧੀਆ ਸਗੋਂ ਐਕਸਰਸਾਈਜ਼ ਆਪਣੀ ਹੋ ਜਾਂਦੀ ਹੈ ਕੰਮ ਕਰਦੇ ਕਰਦੇ ਮੈਂ ਵੀ ਇਹ ਕਿੰਨਾ ਕੰਮ ਨਿਪਟਾ ਤਾ ਬਸ ਆਂਟੀ ਨੇ ਆਉਂਦੇ ਸਾਰੀ ਝਾੜੂ ਪੋਚੇ ਲਾਉਂਦੇ ਨੇ ਹਾਂਜੀ ਕੀ ਕਰੀ ਜਾਂਦੇ ਲਾਈਟ ਜਗਾ ਦਾ ਆਨ ਕਰ ਦੋ ਲਾਈਟ ਕੀ ਗੰਮੀ ਲੱਗ ਜਾਏਗੀ ਪੱਖਾ ਫੁੱਲ ਕਰਤਾ ਪੁੱਤ ਰੋਟੀ ਖਾਣ ਲੱਗੇ ਰੋਟੀ ਮੰਦੇ ਖਾ ਰੋਟੀ ਤੇ ਸਬਜ਼ੀ ਕਿਵੇਂ ਬਣੀ ਸੀ ਤੇ ਕੋਈ ਡਰ ਗਈ ਵੀ ਇਹ ਕੋਈ ਸੇਨੀ ਸਮਾਂ ਤੜਕਾ ਲਾਉਣਾ ਇਹ ਕਰਨਾ ਵਾ ਤੜਕਾ